ਜੈ ਸਾਈ ਜੀ ਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਮਈਆ ਸਰਕਾਰ ਦਾ ਮੇਲਾ ਆ ਰਿਹਾ ਜੀ, ਫਲੋਰ ਵਾਲੇ ਮਈਆ ਸਰਕਾਰ ਸਾਰੇ ਜਾਣਦੇ, ਜਿੰਨੇ ਵੀ ਫਕੀਰਾਂ ਨੂੰ ਪਿਆਰ ਕਰਨ ਵਾਲੇ ਨੇ। ਅੱਜ ਦਾ ਕਿੱਸਾ ਵੀ ਮੈਂ ਮਈਆ ਸਰਕਾਰ ਦਾ ਹੀ ਸਾਂਝਾ ਕਰੂੰਗਾ ਤੁਹਾਡੇ ਨਾਲ। ਥੋੜ੍ਹੇ ਦਿਨ ਪਹਿਲਾਂ ਲੁਧਿਆਣੇ ਦੇ ਵਿੱਚ ਮੈਂ ਇਹਨਾਂ ਬਾਰੇ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਮੇਰਾ ਬੜਾ ਪਿਆਰ ਆ ਮਈਆ ਸਰਕਾਰ ਦੇ, ਬੜੇ ਨੇੜੇ ਦੇ ਮੁਰੀਦ ਨੇ, ਅਲੀਸ਼ਾ ਮਈਆ ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਮੇਰਾ ਬੜਾ ਪਿਆਰ ਆ ਮਾਵਾਂ ਵਾਂਗੂ। ਅਤੇ ਉਹ ਆਏ ਸੀ, ਉਹਨਾਂ ਨੇ ਇਹ ਕਿੱਸਾ ਮੇਰੇ ਨਾਲ ਸਾਂਝਾ ਕੀਤਾ ਤਾਂ ਮੈਂ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ। ਕਹਿੰਦੇ ਕਿ ਇੱਕ ਵਾਰੀ ਕੀ ਹੋਇਆ ਕਿ ਮਈਆ ਸਰਕਾਰ ਜਿਹੜੇ ਫਲੋਰ ਵਾਲੇ, ਉਹ ਅੱਧੀ ਰਾਤ ਨੂੰ, ਕਿਉਂਕਿ ਫਕੀਰ ਰਾਤਾਂ 'ਚ ਨਿਕਲਦੇ ਨੇ, ਉਹਨਾਂ ਨੂੰ ਹਨੇਰਾ ਪਸੰਦ ਆ, ਰਾਤਾਂ ਪਸੰਦ ਨੇ, ਅੱਧੀ ਰਾਤ ਨੂੰ ਕਹਿੰਦੇ ਉਹ ਨਿਕਲੇ। ਅਤੇ ਇੱਕ ਖੋਖੇ ਵਾਲਾ ਹੁੰਦਾ ਸੀ ਜਿਹਦੇ ਤੋਂ ਉਹ ਅਕਸਰ ਬੀੜੀ ਮੰਗ ਕੇ ਪੀਂਦੇ ਹੁੰਦੇ ਸੀ। ਅੱਧੀ ਰਾਤ ਨੂੰ ਉਹ ਖੋਖੇ ਵਾਲਾ ਸੋ ਰਿਹਾ ਅਤੇ ਮਈਆ ਸਰਕਾਰ ਉਹਦੇ ਕੋਲ ਪਹੁੰਚ ਕੇ ਉਹਨੂੰ ਜਾ ਕੇ ਕਹਿੰਦੇ ਵੀ ਮੈਨੂੰ ਬੀੜੀ ਦੇ। ਹੁਣ ਉਹ ਨੀਂਦ ਵਿੱਚ ਸੁੱਤਾ ਪਿਆ ਪੂਰਾ, ਉਹ ਉੱਠਦਾ ਹੀ ਨਹੀਂ ਪਿਆ। ਮਈਆ ਸਰਕਾਰ ਨੂੰ ਗਾਲਾਂ ਕੱਢੀ ਜਾਂਦੇ ਆ ਵੀ ਮੈਨੂੰ ਬੀੜੀ ਦੇ। ਉਹ ਐਂ ਕਰੀ ਜਾਂਦਾ ਵੀ ਨਹੀਂ ਨਹੀਂ ਸਵੇਰੇ ਲਈ ਸਵੇਰੇ ਲਈ ਸਵੇਰੇ ਲਈ, ਐਂ ਕਰਦੇ ਕਰਦੇ ਮਈਆ ਸਰਕਾਰ ਉਹਨੂੰ ਕਹਿੰਦੇ ਵੀ ਤੂੰ ਮੈਨੂੰ ਬੀੜੀ ਨਹੀਂ ਦੇਣੀ। ਉਹ ਕਹਿੰਦਾ ਨਹੀਂ ਮੈਂ ਨਹੀਂ ਦੇਣੀ ਹੈਗੀ, ਮੈਨੂੰ ਨੀਂਦ ਆਈ ਹੈ, ਮੈਨੂੰ ਸੋ ਲੈਣ ਦੇ। ਮਈਆ ਸਰਕਾਰ ਕਹਿੰਦੇ ਚੱਲ ਠੀਕ ਆ ਫਿਰ ਤੂੰ ਸੋ ਜਾ। ਮਈਆ ਸਰਕਾਰ ਉੱਥੋਂ ਚਲੇ ਗਏ। ਜਦੋਂ ਸਵੇਰ ਹੋਈ ਉਹ ਖੋਖੇ ਵਾਲਾ ਉੱਠਿਆ ਤਾਂ ਕੀ ਦੇਖਦਾ ਆ, ਉਹਦਾ ਉੱਥੇ ਖੋਖਾ ਹੈ ਹੀ ਨਹੀਂ। ਉਹ ਬੜਾ ਹੈਰਾਨ, ਕਹਿੰਦਾ ਮੈਂ ਇੱਥੇ ਸੁੱਤਾ ਪਿਆ ਸੀ, ਮੇਰਾ ਖੋਖਾ ਸੀ, ਸਵੇਰੇ ਉੱਠ ਕੇ ਦੇਖਦਾ ਤੇ ਉੱਥੇ ਉਹਦਾ ਖੋਖਾ ਹੈ ਹੀ ਨਹੀਂ। ਜਦੋਂ ਯਾਦ ਕਰਦਾ ਕਿ ਰਾਤ ਮੈਨੂੰ ਲੱਗਦਾ ਮਈਆ ਜੀ ਆਏ ਸੀ, ਮੈਨੂੰ ਬੀੜੀ ਮੰਗਦੇ ਸੀ, ਮੈਂ ਦਿੱਤੀ ਨਹੀਂ, ਉਹ ਉੱਥੇ ਜਾ ਕੇ ਮਾਫ਼ੀ ਮੰਗਣ ਜਾਂਦਾ। ਜਦੋਂ ਦਰਬਾਰ ਪਹੁੰਚਦਾ ਤਾਂ ਕੀ ਦੇਖਦਾ, ਉੱਥੇ ਮਈਆ ਸਰਕਾਰ ਦੇ ਕੋਲੇ ਉਹਦਾ ਖੋਖਾ ਪਿਆ। ਬੜਾ ਹੈਰਾਨ ਹੁੰਦਾ ਤੇ ਮਾਫ਼ੀ ਮੰਗਦਾ ਕਿ ਸਰਕਾਰ ਮੈਨੂੰ ਮਾਫ਼ ਕਰ ਦਿਓ। ਤੇ ਮਈਆ ਸਰਕਾਰ ਕਹਿੰਦੇ ਕਿਉਂ, ਰਾਤ ਤਾਂ ਬੜਾ ਬੋਲਦਾ ਸੀ ਵੀ ਮੈਂ ਨਹੀਂ ਬੀੜੀ ਦੇਣੀ, ਮੈਂ ਨਹੀਂ ਬੀੜੀ ਦੇਣੀ, ਹੁਣ ਮਾਫ਼ ਕਰ ਦਿਓ। ਤਾਂ ਇਹ ਸਰਕਾਰ ਦਾ ਤੇ ਉਹਨਾਂ ਦੇ ਮੁਰੀਦਾਂ ਦਾ ਪਿਆਰ ਜਿਹੜਾ ਅਕਸਰ ਸਾਈਂ ਜੀ ਜਾਂ ਮਈਆ ਸਰਕਾਰ ਜਾਂ ਜਿੰਨੇ ਵੀ ਫਕੀਰ ਹੋਏ ਨੇ ਉਹ ਆਪਣੇ ਮੁਰੀਦਾਂ ਦੇ ਪੇਪਰ ਲੈਂਦੇ ਰਹਿੰਦੇ ਸੀ ਕਿ ਪਾਸ ਹੁੰਦੇ ਆ ਕਿ ਫੇਲ ਹੁੰਦੇ ਆ। ਸੋ ਜਿਹੜੇ ਜਿਹੜੇ ਮਈਆ ਸਰਕਾਰ ਨੂੰ ਪਿਆਰ ਕਰਨ ਵਾਲੇ ਨੇ, ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ। ਜੈ ਸਾਈਂ ਜੀ।